ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਏਡ ਦੇ ਵੱਲੋਂ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਜਿਹੜਾ ਪੰਜਾਬ ਦੇ ਹੜ੍ਹ ਪੀੜਤਾਂ ਦੇ ਲਈ ਜਿਹੜੇ ਪਰਿਵਾਰਾਂ ਦਾ ਨੁਕਸਾਨ ਹੋਇਆ, ਉਹਨਾਂ ਦੇ ਲਈ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਚੱਲਦੀਆਂ ਜਾ ਰਹੀਆਂ ਨੇ। ਜਿੱਥੇ DAP ਇਸ ਟਾਈਮ ਅਸੀਂ ਕਿਸਾਨਾਂ ਨੂੰ ਡਿਸਟ੍ਰੀਬਿਊਟ ਕਰ ਰਹੇ ਹਾਂ, ਅਤੇ ਨਾਲ ਦੀ ਨਾਲ ਜਿਹੜੇ ਡੰਗਰ ਪਸ਼ੂ ਜਿਨ੍ਹਾਂ ਦਾ ਨੁਕਸਾਨ ਹੋਇਆ ਸੀਗਾ, ਜਿਨ੍ਹਾਂ ਦਾ ਰੁਜ਼ਗਾਰ ਪਸ਼ੂਆਂ ਦੇ ਸਿਰ 'ਤੇ ਸੀਗਾ, ਉਹਨਾਂ ਨੂੰ ਇੱਕ ਇੱਕ ਮੱਝ ਜਿਹੜੀ ਖਾਲਸਾ ਏਡ ਦੇ ਵੱਲੋਂ ਮੁਹੱਈਆ ਕਰਵਾਈ ਗਈ। ਤਕਰੀਬਨ 100 ਦੇ ਕਰੀਬ ਜਿਹੜੀਆਂ ਮੱਝਾਂ ਹੁਣ ਤੱਕ ਡਿਸਟ੍ਰੀਬਿਊਟ ਹੋ ਚੁੱਕੀਆਂ ਨੇ। ਸੋ ਅੱਜ ਅਸੀਂ ਖਾਲਸਾ ਏਡ ਦੇ ਵੇਅਰ ਹਾਊਸ ਜਿਹੜਾ ਕਿ ਸ਼ਾਹਕੋਟ ਮਨਸੀਆ ਰੋਡ ਦੇ ਉੱਤੇ ਆ, ਉੱਥੇ ਜਿਹੜੀਆਂ ਪ੍ਰੋਜੈਕਟ ਜਿਹਦੇ ਵਿੱਚ ਜਿਹੜੇ ਕਿਸਾਨ ਭਰਾ ਕਿਸਾਨੀ ਕਰਦੇ ਨੇ, ਖੇਤੀਬਾੜੀ ਕਰਦੇ ਨੇ, ਉਹਨਾਂ ਦੇ ਵਿੱਚ ਕਈ ਜਦੋਂ ਅਸੀਂ ਅਸੈਸਮੈਂਟ ਕੀਤੀ ਤਾਂ ਪਤਾ ਲੱਗਿਆ ਸੀ ਕਿ ਪਰਿਵਾਰਾਂ ਦਾ ਜਿਹੜੇ ਜਿਨ੍ਹਾਂ ਦੀ ਛੋਟੀ ਖੇਤੀਬਾੜੀ ਆ, ਜਿਨ੍ਹਾਂ ਕੋਲ 1-2 ਕਿੱਲਾ 2 ਕਿੱਲੇ ਨੇ, ਜਿਨ੍ਹਾਂ ਕੋਲ ਸੰਦ ਨਹੀਂ ਹੈ, ਸੋ ਅਸੀਂ ਇੱਕ ਸਟਰਕਚਰ ਜਿਹੜਾ ਪਤਾ ਕੀਤਾ ਕਿ ਅਸੀਂ ਇਹਨਾਂ ਦੀ ਕਿਸ ਤਰ੍ਹਾਂ ਮਦਦ ਕਰ ਸਕੀਏ। ਸੋ ਖਾਲਸਾ ਏਡ ਦੇ ਵੱਲੋਂ ਅਸੀਂ ਇੱਕ ਇਨੀਸ਼ੀਏਟ ਲਿੱਤਾ ਕਿ ਜਿਹੜੀ ਇੱਕ ਕੋਆਪਰੇਟਿਵ ਸੁਸਾਇਟੀ ਹੁੰਦੀ ਹੈ, ਜਿਹੜੀ ਕਿ ਕਿਸਾਨਾਂ ਦੁਆਰਾ ਹੀ ਬਣਾਈ ਗਈ ਹੁੰਦੀ ਆ, ਅਤੇ ਉਹੀ ਉਹਦੇ ਮੈਂਬਰ ਹੁੰਦੇ ਨੇ, ਜਿਹੜਾ ਨਫਾ ਨੁਕਸਾਨ ਆ ਉਹ ਕਿਸਾਨ ਹੀ ਉਸਦੇ ਹੱਕਦਾਰ ਹੁੰਦੇ ਨੇ। ਸੋ ਖਾਲਸਾ ਏਡ ਦੇ ਵੱਲੋਂ ਸਰਕਾਰੀ ਸਭਾਵਾਂ ਨੂੰ ਇਹ ਜਿਹੜੇ ਟਰੈਕਟਰ ਅਤੇ ਕਿਸਾਨੀ ਸੰਦ ਜਿਹੜੇ ਮੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ ਗਿਆ। ਅੱਜ ਅਸੀਂ ਪਹਿਲਾਂ 4 ਸੁਸਾਇਟੀਆਂ ਨੂੰ ਦੇ ਚੁੱਕੇ ਹਾਂ, ਅਤੇ ਅੱਜ 5 ਸੁਸਾਇਟੀਆਂ ਨੂੰ ਹੋਰ ਅਸੀਂ ਜਿਹੜੇ ਕਿਸਾਨੀ ਸੰਦ ਨੇ ਉਹ ਦੇਣ ਜਾ ਰਹੇ ਹਾਂ। ਅਤੇ ਸਾਡੇ ਨਾਲ ਅੱਜ ਗੁੱਗੂ ਗਿੱਲ ਭਾਅ ਜੀ ਸਪੈਸ਼ਲੀ ਖਾਸ ਤੌਰ 'ਤੇ ਸਾਡੇ ਕੋਲ ਪਹੁੰਚੇ ਨੇ, ਅਤੇ ਅਸੀਂ ਇਹ ਜਿਹੜੇ ਸੰਦ ਨੇ ਟਰੈਕਟਰ ਨੇ ਇਹ ਸਾਰੇ ਅੱਜ ਸੁਸਾਇਟੀਆਂ ਦੇ ਜਿਹੜੇ ਨੁਮਾਇੰਦੇ ਇੱਥੇ ਪਹੁੰਚੇ ਨੇ, ਅਸੀਂ ਉਹਨਾਂ ਨੂੰ ਹੈਂਡਓਵਰ ਕਰਾਂਗੇ। ਇੱਥੇ ਬੁਲਾਉਣ ਦਾ ਮਕਸਦ ਇਹ ਹੈ ਕਿ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ, ਕਿਉਂਕਿ ਅਸੀਂ ਜਿਹੜੀ ਅਸੈਸਮੈਂਟ ਅਸੀਂ ਆਪ ਕਰ ਰਹੇ ਹਾਂ, ਕਿਉਂਕਿ ਜਿਹੜੇ ਸਾਡੇ ਵੋਲੰਟੀਅਰ 100-150 ਵੋਲੰਟੀਅਰ ਗਰਾਊਂਡ ਜ਼ੀਰੋ ਦੇ ਉੱਤੇ ਸਿਰਫ ਕਾਗਜ਼ੀ ਕਾਰਵਾਈ ਕਰ ਰਿਹਾ, ਉਹ ਸਿਰਫ ਇਸ ਕਰਕੇ ਕਿ ਅਸੀਂ ਜਿਹੜਾ ਸੰਗਤ ਨੇ ਸਾਨੂੰ ਦਸਵੰਧ ਦਿੱਤਾ ਉਹ ਜੈਨੂਅਨ ਪਰਿਵਾਰਾਂ ਤੱਕ ਪਹੁੰਚ ਸਕੇ। ਅਤੇ ਜਦੋਂ ਅਸੀਂ ਪਿੰਡਾਂ ਦੇ ਵਿੱਚ ਉਹ ਜੈਨੂਅਨ ਪਰਿਵਾਰਾਂ ਤੱਕ ਪਹੁੰਚਦੇ ਹਾਂ ਤਾਂ ਕਈ ਪਰਿਵਾਰ ਸਾਡੇ ਨਾਲ ਵੀ ਲੜਦੇ ਨੇ ਕਿ ਸਾਡਾ ਨਾਮ ਕਿਉਂ ਨਹੀਂ ਲਿਖਿਆ, ਸਾਨੂੰ ਮੱਝ ਕਿਉਂ ਨਹੀਂ ਮਿਲੀ, ਸਾਨੂੰ DAP ਕਿਉਂ ਨਹੀਂ ਮਿਲੀ। ਸੋ ਜਿਹੜੀ ਸਿਲੈਕਟਿਡ ਫੈਮਲੀਜ਼ ਹੁੰਦੀਆਂ, ਜਿਹੜੀਆਂ ਜੈਨੂਅਨ ਫੈਮਲੀਜ਼ ਹੁੰਦੀਆਂ, ਅਸੀਂ ਉਹਨਾਂ ਦੇ ਲਈ ਜਿਹੜਾ ਇਹ ਏਡ ਹੈ, ਜਿਹੜਾ ਇਹ ਦਸਵੰਧ ਹੈ ਸੰਗਤ ਨੇ ਜਿਹੜਾ ਸਾਨੂੰ ਸੌਂਪਿਆ, ਅਸੀਂ ਉਹਨਾਂ ਪਰਿਵਾਰਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਸੋ ਅਸੀਂ ਆਪਣਾ ਇੱਕ ਬੇਸ ਬਣਾਇਆ ਹੋਇਆ, ਜਿਹੜੇ ਪਰਿਵਾਰਾਂ ਨੂੰ, ਜਿਹੜੀ ਸੁਸਾਇਟੀਆਂ ਨੂੰ, ਜਾਂ ਜਿਹੜੇ ਵੀ ਕਿਸਾਨਾਂ ਨੂੰ ਅਸੀਂ ਕੁਛ ਵੀ ਏਡ ਡਿਲੀਵਰ ਕਰਨੀ ਹੁੰਦੀ ਹੈ, ਅਸੀਂ ਆਪਣੇ ਵੇਅਰ ਹਾਊਸ 'ਤੇ ਬੁਲਾ ਕੇ ਕਰਦੇ ਹਾਂ। ਸੋ ਇਸ ਟਾਈਮ ਭਾਅ ਜੀ ਸਾਡੇ ਨਾਲ ਨੇ, ਮੈਂ ਚਾਹੁੰਦਾ ਕਿ ਤੁਸੀਂ ਵੀ ਆਪਣੇ ਵੱਲੋਂ ਸੁਨੇਹਾ ਭਾਅ ਜੀ ਜ਼ਰੂਰ ਸੰਗਤਾਂ ਨੂੰ ਦਿਓ ਜੀ। ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਫਤਿਹ ਬੁਲਾਉਣੀ ਚਾਹੁੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਏਡ ਵੱਲੋਂ ਸਾਨੂੰ ਵੀ ਇੱਥੇ ਸੱਦਾ ਦਿੱਤਾ ਗਿਆ, ਸਾਨੂੰ ਦੱਸਿਆ ਗਿਆ ਕਿ ਇਸ ਤਰ੍ਹਾਂ ਦਾ ਪ੍ਰੋਗਰਾਮ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਹੜ੍ਹਾਂ ਨੇ ਬਹੁਤ ਨੁਕਸਾਨ ਕੀਤਾ, ਖਾਸ ਤੌਰ 'ਤੇ ਜਲੰਧਰ, ਸ਼ਾਹਕੋਟ ਔਰ ਕਈ ਇਲਾਕੇ ਹੋਰ ਵੀ ਨੇ ਜਿੱਥੇ ਬੜਾ ਨੁਕਸਾਨ ਹੋਇਆ। ਪਸ਼ੂ ਡੰਗਰ ਦਾ, ਟਰੈਕਟਰਾਂ ਦਾ, ਜ਼ਮੀਨਾਂ ਦਾ, ਇੱਥੋਂ ਤੱਕ ਕਿ ਖਾਣ ਪੀਣ ਦਾ ਸਮਾਨ ਵੀ ਉੱਥੇ ਨਹੀਂ ਸੀ ਲੋਕਾਂ ਕੋਲ। ਮੈਂ ਸਮਝਦਾ ਕਿ ਖਾਲਸਾ ਏਡ ਨੇ ਵੱਧ ਚੜ੍ਹ ਕੇ ਹਮੇਸ਼ਾ, ਜਿਸ ਤਰ੍ਹਾਂ ਪਹਿਲਾਂ ਵੀ ਖਬਰਾਂ ਦੇ ਵਿੱਚ ਸੁਣਦੇ ਰਹੇ ਹਾਂ, ਹਰ ਥਾਂ 'ਤੇ ਪਹੁੰਚਦੇ ਹੈ, ਜਦ ਵੀ ਕਿਸੇ ਇਨਸਾਨੀਅਤ ਵਿਖਾਉਣ ਦੀ ਜ਼ਰੂਰਤ ਹੁੰਦੀ ਹੈ। ਤਾਂ ਇਹ ਤਾਂ ਫਿਰ ਇਹਨਾਂ ਦਾ ਆਪਣਾ ਹੀ ਕੰਮ ਸੀ, ਆਪਣੇ ਘਰ ਵਾਲੇ ਸੀ, ਆਪਣੇ ਭਰਾ ਸੀ, ਭੈਣਾਂ ਸੀ, ਜਿੱਥੇ ਜਿਨ੍ਹਾਂ ਨੂੰ ਜ਼ਰੂਰਤ ਸੀ ਮਦਦ ਦੀ, ਇਹਨਾਂ ਨੇ ਆ ਕੇ ਵੱਧ ਚੜ੍ਹ ਕੇ ਕੋਸ਼ਿਸ਼ ਕਰ ਰਹੇ ਹੈ। ਇੱਕ ਦਿਨ ਦਾ ਕੰਮ ਨਹੀਂ, ਪਹਿਲਾਂ ਤਾਂ
ਪਾਣੀ ਸੁੱਕਣ ਤੱਕ ਕੋਈ ਮਦਦ ਨਹੀਂ ਪਹੁੰਚਦੀ। ਕਿਸ਼ਤੀਆਂ ਰਾਹੀਂ ਇਹਨਾਂ ਨੇ ਸਾਰਾ ਸਮਾਨ ਪਹੁੰਚਾਇਆ। ਹੁਣ ਜਦ ਪਾਣੀ ਸੁੱਕ ਰਿਹਾ, ਹੁਣ ਉਹਨਾਂ ਨੂੰ ਬਹਾਲ ਕਰਨ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਅੱਗੇ ਆ ਕੇ ਕੋਸ਼ਿਸ਼ ਕਰਨੀ ਪੈਣੀ ਹੈ। ਜਿਹੜੀ ਉੱਥੇ ਸਿੱਟ ਜਮ੍ਹਾਂ ਹੋਈ ਹੈ ਉਹਨੂੰ ਵੀ ਕੱਢਣਾ ਹੈ, ਲੋਕਾਂ ਦੇ ਮਕਾਨ ਵੀ ਬਣਾਉਣੇ ਹੈ, ਪਸ਼ੂ ਡੰਗਰ ਵੀ ਦੇਣੇ ਹੈ, ਦੁੱਧ ਵਾਲੇ ਜਾਨਵਰ ਜਿਸ ਤਰ੍ਹਾਂ ਇਹਨਾਂ ਨੇ ਮੱਝਾਂ ਸਾਰਿਆਂ ਨੂੰ ਕੋਸ਼ਿਸ਼ ਕੀਤੀ ਹੈ ਕਿ ਪਹੁੰਚਾਈਆਂ ਜਾਣ, ਮੱਝਾਂ ਵੀ ਪਹੁੰਚਦੀਆਂ ਕੀਤੀਆਂ। ਟਰੈਕਟਰਾਂ ਤੋਂ ਬਗੈਰ ਵਾਹੀ ਨਹੀਂ ਹੁੰਦੀ, ਅੱਜ ਟਰੈਕਟਰਾਂ ਦਾ ਅਤੇ ਖਾਦ ਦਾ ਪ੍ਰੋਗਰਾਮ ਹੈ ਔਰ ਇਹ ਸਿਲਸਿਲਾ ਚੱਲਦਾ ਹੀ ਜਾਣਾ ਹੈ। ਜਦ ਕਿਸੇ ਨੇ ਵੀ ਮਦਦ ਦੇਣੀ ਹੁੰਦੀ ਹੈ, ਕੋਈ ਦਸਵੰਧ ਕੱਢਣਾ ਹੁੰਦਾ ਤਾਂ ਉਹਦੇ ਦਿਮਾਗ ਵਿੱਚ ਜ਼ਰੂਰ ਇਹ ਜਾਂਦਾ ਕਿ ਜੋ ਵੀ ਉਹ ਪੈਸਾ ਦੇਣਾ ਚਾਹੁੰਦਾ ਹੈ ਉਹਦਾ ਸਹੀ ਜਗ੍ਹਾ 'ਤੇ ਇਸਤੇਮਾਲ ਹੋਵੇ। ਮੈਂ ਸਮਝਦਾ ਕਿ ਹਰ ਬੰਦਾ ਅੱਜ ਜਾਣ ਚੁੱਕਿਆ ਕਿ ਇਹ ਸੰਸਥਾ ਐਸੀ ਹੈ ਜਿਹੜੀ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਨੇ ਸੇਵਾ ਦੇ ਵਿੱਚ ਔਰ ਹਰ ਬੰਦੇ ਦਾ ਇੱਕ ਇੱਕ ਪੈਸੇ ਦਾ ਹਿਸਾਬ ਇਹਨਾਂ ਕੋਲ ਜਦ ਮਰਜ਼ੀ ਕੋਈ ਲੈ ਸਕਦਾ ਔਰ ਸਹੀ ਜਗ੍ਹਾ 'ਤੇ ਉਹ ਸਾਰਾ ਪੈਸਾ ਪਹੁੰਚਦਾ ਹੈ। ਅਤੇ ਅੱਜ ਅਸੀਂ ਸਾਰੇ ਇਸੇ ਲਈ ਇਕੱਠੇ ਹੋਏ ਹਾਂ ਕਿ ਕੁਛ ਨਾ ਕੁਛ ਜੋ ਵੀ ਇਹ ਕਰ ਰਹੇ ਹਾਂ ਅਸੀਂ ਵੀ ਇੱਥੇ ਆ ਕੇ ਉਹਦੇ ਵਿੱਚ ਸ਼ਾਮਿਲ ਹੋਏ ਹਾਂ ਔਰ ਖਾਸ ਤੌਰ 'ਤੇ NRI ਭਰਾ ਬਹੁਤ ਨੇ ਇਸ ਇਲਾਕੇ ਦੇ, ਉਹਨਾਂ ਦੀਆਂ ਜ਼ਮੀਨਾਂ ਵੀ ਕਾਫੀ ਹੈ, ਉਹਨਾਂ ਨੇ ਠੇਕਿਆਂ ਹਿੱਸਿਆਂ 'ਤੇ ਜ਼ਮੀਨਾਂ ਦਿਵਾਈ ਕਰਦੇ ਆ, ਖਾਸ ਤੌਰ 'ਤੇ ਜੋ ਠੇਕੇ 'ਤੇ ਕਰਦੇ ਆ ਜ਼ਮੀਨਾਂ ਦੇ ਠੇਕੇ ਅੱਗੇ ਵਾਸਤੇ ਕੁਛ ਲੈਣੇ ਹੁੰਦੇ ਆ ਤਾਂ ਸਾਰਿਆਂ ਅੱਗੇ ਹੱਥ ਬੰਨ ਕੇ ਅਸੀਂ ਇਹੋ ਬੇਨਤੀ ਕਰਦੇ ਹਾਂ, ਕੋਸ਼ਿਸ਼ ਕਰੋ ਕਿ ਜਿੰਨਾ ਵੀ ਹੋ ਸਕੇ, ਕਿਉਂਕਿ ਤੁਹਾਨੂੰ ਪਤਾ ਬਚਿਆ ਕੁਛ ਵੀ ਨਹੀਂ ਉੱਥੇ, ਜੇ ਹੋ ਸਕੇ ਤਾਂ ਉਹਨਾਂ ਦਾ ਠੇਕੇ 'ਚ ਕੋਈ ਉਹ ਜੇ ਮੁਆਫ਼ੀ ਦੇ ਸਕਦੇ ਆ ਤਾਂ ਜ਼ਰੂਰ ਦੇਣ। ਪਹਿਲਾਂ ਵੀ ਪਤਾ ਲੱਗਦਾ ਜਿੰਨੇ ਵੀ NRI ਭਰਾ ਆ ਉਹ ਬੜੀ ਮਦਦ ਕਰਦੇ ਆ, ਪੈਸੇ ਦਿੰਦੇ ਆ ਔਰ ਹਰ ਤਰ੍ਹਾਂ ਵੱਧ ਚੜ੍ਹ ਕੇ ਆਪਦੇ ਪੰਜਾਬ 'ਚ ਆ ਕੇ ਸੇਵਾ ਕਰਦੇ ਆ। ਅੱਜ ਤੁਹਾਨੂੰ ਪਤਾ ਕਿ ਕਿਸ ਤਰ੍ਹਾਂ ਦੀ ਜ਼ਰੂਰਤ ਹੈ, ਜ਼ਰੂਰ ਸਾਰੇ ਹਿੱਸਾ ਪਾਇਆ ਜੀ, ਠੇਕਿਆਂ ਦੇ ਵਿੱਚ ਜ਼ਰੂਰ ਮਦਦ ਕਰਿਆ ਜੇ ਹੋ ਸਕੇ ਤਾਂ, ਮਾਫ਼ ਕਰੋ ਜਿੰਨਾ ਵੀ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੁਸਾਇਟੀਆਂ ਦੇ ਲਈ ਅਸੀਂ ਜਿਹੜੇ ਸੰਦ ਨੇ ਇਹ ਤਿਆਰ ਕੀਤੇ ਨੇ, ਹੁਣ ਇਹਨਾਂ ਦੀ ਜਿਹੜੀ ਡਿਲੀਵਰੀ ਆ ਇਹਨਾਂ ਨੂੰ ਟਰੈਕਟਰ ਨਿਊ ਹਾਲੈਂਡ ਦਾ 65 ਹੋਰਸ ਪਾਵਰ ਦਾ ਜਿਹੜਾ ਸਪੈਸ਼ਲੀ ਸੁਸਾਇਟੀਆਂ ਦੇ ਲਈ ਅਸੀਂ ਇਹ ਚੁਣਿਆ ਮਾਡਲ, ਕਿਉਂਕਿ ਕਾਫੀ ਹੱਥਾਂ ਦੇ ਵਿੱਚ ਜਾਣਾ, ਕਾਫੀ ਲੋਕਾਂ ਨੇ ਕਾਫੀ ਕਿਸਾਨਾਂ ਨੇ ਇਸ ਨੂੰ ਵਰਤਣਾ, ਨਾਲ ਤਵੀਆਂ ਨਾਲ ਤੁਸੀਂ ਦੇਖ ਸਕਦੇ ਹੋ ਕਿ ਰੋਟਾਵੇਟਰ ਵੀ ਅਸੀਂ ਇੱਕ ਇੱਕ ਰੋਟਾਵੇਟਰ ਵੀ ਹਰ ਇੱਕ ਸੁਸਾਇਟੀ ਨੂੰ ਦੇ ਰਹੇ ਹਾਂ। ਸੋ ਇਹ ਜਿਹੜੀ ਸੇਵਾ ਹੈ ਇਹ ਸਾਡਾ ਸਿਰਫ ਇਹੀ ਓ ਮਕਸਦ ਹੈ ਕਿ ਜਿਹੜੇ ਪਰਿਵਾਰਾਂ ਤੱਕ, ਜਿਹੜੇ ਕਿਸਾਨ ਭਰਾਵਾਂ ਤੱਕ ਸੰਦਾਂ ਦੀ ਵੀ ਅਪਰੋਚ ਨਹੀਂ ਹੈ, ਜਿਹੜੇ ਸੰਦਾਂ ਨੂੰ ਯੂਜ਼ ਕਰਨਾ ਚਾਹੁੰਦੇ ਹੈ, ਜਿਹੜੇ ਖੇਤੀ ਕਰਨਾ ਚਾਹੁੰਦੇ ਨੇ ਬਟ ਉਹਨਾਂ ਕੋਲ ਟਰੈਕਟਰ ਵੀ ਨਹੀਂ ਹੈਗਾ, ਅਸੀਂ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਸੁਸਾਇਟੀਆਂ ਨਾਲ ਅਸੀਂ MOU ਕੀਤੇ ਹਾਂ, ਉਹਨਾਂ ਨੂੰ ਲਿਖਤੀ ਅਸੀਂ ਹਦਾਇਤਾਂ ਦਿੱਤੀਆਂ ਕਿ ਇਹ ਉਹਨਾਂ ਦੀ ਪਹਿਲ ਹੋਣੀ ਚਾਹੀਦੀ ਹੈ। ਅਤੇ ਨਾਲ ਇੱਕ ਹੋਰ ਚੀਜ਼, ਜਦੋਂ ਅਸੀਂ ਇਹ ਟਰੈਕਟਰ ਵੰਡ ਰਹੇ ਸੀ ਤਾਂ ਹਰ ਇੱਕ ਦਾ ਕੁਸ਼ਚਨ ਆਉਂਦਾ ਸੀ ਕਿ ਟਰੈਕਟਰ ਤਾਂ ਤੁਸੀਂ ਦੇ ਚੱਲਿਓ, ਵੀ ਇਹਨਾਂ ਦਾ ਖਰਚਾ ਕੌਣ ਕਰੂਗਾ? ਸੋ ਸਾਨੂੰ ਪਤਾ ਕਿ ਆਉਣ ਵਾਲਾ 2 ਮਹੀਨੇ, 4 ਮਹੀਨੇ, ਸਾਲ, 6 ਮਹੀਨੇ ਲੱਗ ਜਾਣਾ ਇਹਨਾਂ ਨੂੰ ਦੁਬਾਰਾ ਮੁੜ ਪੈਰਾਂ 'ਤੇ ਖੜਨ ਹੁੰਦੇ ਹੋਏ। ਅਸੀਂ 1 ਸਾਲ ਦੇ ਲਈ ਇਹਨਾਂ ਦਾ ਜਿਹੜਾ ਤੇਲ ਹੈ ਜਿਹੜਾ ਟਰੈਕਟਰਾਂ ਦੇ ਵਿੱਚ ਲੱਗਣਾ, ਉਹ ਵੀ ਖਾਲਸਾ ਏਡ ਦੇ ਵੱਲੋਂ ਸਾਰੀ ਮੈਨੇਜਮੈਂਟ ਨੇ ਡਿਸੀਜਨ ਲਿੱਤਾ ਕਿ ਇਹ ਵੀ ਜ਼ਿੰਮੇਵਾਰੀ ਸਾਡੀ ਟੀਮ ਦੀ ਹੋਊਗੀ। ਅਸੀਂ ਤੇਲ ਦਾ ਖਰਚਾ ਵੀ, ਈਵਨ ਜਿਹੜਾ ਡਰਾਈਵਰ ਦਾ ਵੀ ਖਰਚਾ ਹੈ ਉਹ ਵੀ ਅਸੀਂ ਦੇਵਾਂਗੇ। ਹੁਣ ਜਿਹੜੇ ਪਹਿਲਾਂ 4 ਟਰੈਕਟਰ ਦੇ ਚੁੱਕੇ ਹਾਂ ਉਹਨਾਂ ਦੇ ਨਾਲ ਅਸੀਂ ਭਾਅ ਜੀ ਅਸੀਂ ਕਮਿਟਮੈਂਟ ਕੀਤੀ ਹੈ ਕਿ ਹਰ ਮਹੀਨੇ ਦਾ ਸਾਨੂੰ ਰਿਕਾਰਡ ਦਿੰਦੇ ਹਾਂ ਕਿ ਟਰੈਕਟਰ ਕਿੱਥੇ ਕਿੱਥੇ ਯੂਜ਼ ਹੋਇਆ, ਅਸੀਂ ਉਸਦੇ ਹਿਸਾਬ ਸਿਰ ਤੇਲ ਦਾ ਖਰਚਾ ਉਹਨਾਂ ਨੂੰ ਦੇ ਰਹੇ ਹਾਂ। ਈਵਨ ਡਰਾਈਵਰ ਉਹਨਾਂ ਨੇ ਰੱਖ ਲਏ, ਉਹਦੀ ਤਨਖਾਹ ਵੀ ਅਸੀਂ ਖਾਲਸਾ ਏਡ ਦੇ ਵੱਲੋਂ ਦੇ ਰਹੇ ਹਾਂ। ਅਤੇ ਇੱਕ ਹੈਰਾਨੀ ਦੀ ਗੱਲ ਇਹ ਆ ਕਿ
ਜਦੋਂ ਅਸੀਂ ਜਾਂਦੇ ਹਾਂ ਕਿ ਹਰ ਇੱਕ ਪਾਸੋਂ ਨੈਗੇਟਿਵਿਟੀ ਬਹੁਤ ਮਿਲਦੀ ਕਿ ਅੱਛਾ ਤੁਸੀਂ ਡਰਾਈਵਰ ਕਿਵੇਂ ਲੱਭ ਜੂਗਾ, ਤੁਹਾਨੂੰ ਤਨਖਾਹ ਕੌਣ ਦੇ ਦੇਗਾ। ਪਰ ਅਸੀਂ ਪਿਛਲੇ ਪਿੰਡ ਦੇ ਵਿੱਚ ਗਏ ਤਾਂ ਉਹਨਾਂ ਨੇ ਇੱਕ ਪਿੰਡ ਦੇ ਵਿੱਚੋਂ ਹੀ ਨੌਜਵਾਨ ਖੜਾ ਹੋ ਕੇ ਕਹਿੰਦਾ ਪੂਰਾ ਸਾਲ ਫ੍ਰੀ ਸੇਵਾ ਕਰਾਂਗਾ, ਡਰਾਈਵਰੀ ਮੇਰੇ ਵੱਲੋਂ। ਸੋ ਇਹ ਪੰਜਾਬੀਅਤ ਜਿਹੜੀ ਅੱਜ ਵੀ ਲੋਕਾਂ ਦੇ ਵਿੱਚ ਇਨਸਾਨੀਅਤ ਜਿਹੜੀ ਜਿੰਦਾ, ਅਤੇ ਇੰਨਾ ਪਿਆਰ ਸਾਨੂੰ ਸੰਗਤਾਂ ਵੱਲੋਂ ਮਿਲ ਰਿਹਾ, ਇੰਨਾ ਸਹਿਯੋਗ ਮਿਲ ਰਿਹਾ। ਸੋ ਇਹ ਸਾਰਾ ਜਿਹੜਾ ਦਸਵੰਧ ਤੁਸੀਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਦਿੱਤਾ, ਸਾਡੀ ਵੀ ਕੋਸ਼ਿਸ਼ ਇਹੀ ਹੈ ਕਿ ਅੱਜ ਅਸੀਂ ਉਹਨਾਂ ਪਰਿਵਾਰਾਂ ਤੱਕ ਪਹੁੰਚ ਕਰ ਸਕੀਏ, ਉਹਨਾਂ ਪਰਿਵਾਰਾਂ ਤੱਕ ਹਰ ਇੱਕ ਮਦਦ ਪਹੁੰਚਾ ਸਕੀਏ, ਚਾਹੇ ਉਹ ਮੱਝ ਤੋਂ ਲੈ ਕੇ ਟਰੈਕਟਰ ਤੱਕ ਹੈ, ਚਾਹੇ ਉਹ DAP ਤੋਂ ਲੈ ਕੇ ਖਾਦ ਜਿਹੜਾ ਬੀਜ ਜਾਂ ਕੋਈ ਵੀ ਖਾਣ ਪੀਣ ਦਾ ਸਮਾਨ ਹੈ, ਉਹ ਅਸੀਂ ਜਿਹੜੀ ਵੀ ਲੋੜ ਹੈ ਅਸੀਂ ਉਹ ਪੂਰੀ ਕਰ ਸਕੀਏ। ਆ ਭੁਪਿੰਦਰ ਵੀਰ ਜਿਹੜੇ ਪੰਜਾਬ ਦੇ ਪਹਿਲੇ ਦਿਨ ਤੋਂ ਫਲੱਡ ਦੇ ਵਿੱਚ ਕੋਆਰਡੀਨੇਟ ਕਰ ਰਹੇ ਨੇ, ਫਿਰ ਤੁਸੀਂ ਆਪਣਾ ਗਰਾਊਂਡ ਐਕਸਪੀਰੀਅੰਸ ਜ਼ਰੂਰ ਸੰਗਤਾਂ ਨਾਲ ਸਾਂਝਾ ਕਰੋ, ਕਿਉਂਕਿ ਸਾਡੇ ਕੋਲ ਇੱਕੋ ਇੱਕ ਮੀਡੀਅਮ ਹੈ, ਸੋਸ਼ਲ ਮੀਡੀਆ ਸਾਡਾ, ਕਿ ਜਿਸ ਦੇ ਥਰੂ ਅਸੀਂ ਸੰਗਤਾਂ ਤੱਕ ਜਾਂ ਦੇਸ਼ਾਂ ਵਿਦੇਸ਼ਾਂ ਤੱਕ ਆਪਣਾ ਜਿਹੜਾ ਆਪਣਾ ਸੁਨੇਹਾ ਜਾਂ ਆਪਣਾ ਕੰਮ ਹੈ ਉਹ ਟਰਾਂਸਪੇਰੈਂਸੀ ਨਾਲ ਪਹੁੰਚਾ ਸਕੀਏ। ਸੋ ਆਪਣਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਭਾਜੀ ਹੋਰਾਂ ਨੇ ਦੱਸਤਾ, ਗਿੱਲ ਸਾਹਿਬ ਨੇ ਦੱਸਤਾ ਕਿ ਜਿਹੜਾ ਪੰਜਾਬ ਫਲੱਡਸ ਦੇ ਵਿੱਚ ਖਾਲਸਾ ਐਡ ਵੱਲੋਂ ਜੋ ਵੀ ਕੀਤਾ ਜਾ ਰਿਹਾ, ਮੈਂ ਆਪਦੇ ਮੂਹਰੇ ਦੱਸਣਾ ਚਾਹੁੰਦਾ ਕਿ ਜਦੋਂ ਕੋਈ ਤ੍ਰਾਸਦੀ ਹੁੰਦੀ ਆ ਉਦੋਂ ਇੱਕ ਵਾਰੀ ਬੜੀ ਹਾਈਪ ਹੁੰਦੀ ਹੈ, ਉਦੋਂ ਮੀਡੀਆ ਹਾਊਸਿਸ ਵੀ ਆਉਂਦੇ ਆ, ਆਮ ਲੋਕ ਵੀ ਫੋਟੋ, ਅੱਜ ਕੱਲ੍ਹ ਸੋਸ਼ਲ ਮੀਡੀਆ ਫੋਟੋ ਦਾ ਜ਼ਮਾਨਾ, ਹਰ ਕੋਈ ਆ ਜਾਂਦਾ, ਭਾਵਨਾ ਵਾਲੇ ਵੀ ਆਉਂਦੇ ਆ, ਬਿਨਾਂ ਭਾਵਨਾ ਤੋਂ ਵੀ ਲੋਕ ਆ ਜਾਂਦੇ ਆ, ਉਦੋਂ ਇੱਕ ਬੜਾ ਮਾਹੌਲ ਹੁੰਦਾ। ਪਰ ਇਹ ਜਿਹੜਾ ਤ੍ਰਾਸਦੀ ਹੁੰਦੀ ਹੈ, ਜਿਵੇਂ ਰੱਬ ਨਾ ਕਰੇ ਸਾਡੇ ਘਰ 'ਚ ਕੋਈ ਮਾੜਾ ਸਮਾਂ ਆਉਂਦਾ, ਤਾਂ ਪਹਿਲੇ ਮਹੀਨਾ ਤਾਂ ਸਾਡਾ ਕੋਈ ਭੋਗ ਦਾ ਟਾਈਮ ਹੁੰਦਾ ਜਾਂ ਕੋਈ ਲੋਕ ਰਿਸ਼ਤੇਦਾਰ ਪਤਾ ਲੈਣ ਆਉਂਦੇ ਆ, ਉਦੋਂ ਤਾਂ ਸਾਡਾ ਦੁੱਖ ਵੀ ਉਸ ਸੰਸਾਰਿਕ ਰੂਪ ਦੇ ਵਿੱਚ ਉੱਥੇ ਵੰਡਿਆ ਜਾਂਦਾ। ਪਰ ਜਦੋਂ ਅਸੀਂ ਵਿਹਲੇ ਬੈਠ ਜਾਂਦੇ ਹਾਂ, ਲੋਕ ਆਉਣੋਂ ਪਤਾ ਲੈਣ ਵਾਲੇ ਹਟ ਜਾਂਦੇ ਆ, ਤਾਂ ਸਾਡਾ ਦੁੱਖ ਜਿਹੜਾ ਉਦੋਂ ਦੂਣਾ ਹੁੰਦਾ, ਉਦੋਂ ਸਾਡੇ ਚੀਜ਼ ਪੈਂਦੀ ਆ ਕਾਲਜ 'ਚ। ਹੁਣ ਸਾਰਾ ਇੱਥੋਂ ਮੀਡੀਆ ਚਲਾ ਗਿਆ ਸਾਰਾ, ਕਿਉਂਕਿ ਇਲੈਕਸ਼ਨ ਚੱਲ ਰਿਹਾ, ਸਾਰਾ ਕੁਛ ਉੱਧਰ ਹੋ ਗਿਆ, ਇੱਥੋਂ ਲੋਕਾਂ ਦਾ ਧਿਆਨ ਡਾਈਵਰਟ ਹੋ ਗਿਆ। ਪਰ ਇਹਨਾਂ ਵੀਰਾਂ ਦਾ, ਜਿਨ੍ਹਾਂ ਦਾ ਨੁਕਸਾਨ ਹੋਇਆ, ਇਹਨਾਂ ਦਾ ਇੱਕ ਕਿਸਾਨੀ ਤਾਂ ਪਹਿਲਾਂ ਹੀ ਮਰੀ ਹੋਈ ਹੈ, ਅਤੇ ਕਿਸਾਨੀ ਦਾ ਜਿਹੜਾ ਲੱਕ ਆ ਹੁਣ ਹੋਰ ਵੀ ਟੁੱਟ ਗਿਆ, ਕਿ ਜਦੋਂ ਇੱਕ ਸਾਲ ਦੀ ਜਾਂ ਇੱਕ ਛਮਾਈ ਜਿਹੜੀ ਫਸਲ ਹੀ ਮਰ ਗਈ। ਅਤੇ ਨਿਰੀ ਸਿਰਫ ਫਸਲ ਨਹੀਂ ਮਰੀ, ਉਹਨਾਂ ਦੇ ਘਰਾਂ ਦਾ ਨੁਕਸਾਨ, ਉਹਨਾਂ ਦੇ ਡੰਗਰਾਂ ਦਾ ਨੁਕਸਾਨ, ਪਲੱਸ ਕਈ ਥਾਵਾਂ 'ਤੇ ਤਾਂ ਭਾਅ ਜੀ ਜ਼ਮੀਨਾਂ ਦਾ ਵੀ ਨੁਕਸਾਨ ਹੈ, ਕਿ ਪਾਣੀ ਬਹੁਤ ਵੇਗ ਨਾਲ ਆਇਆ ਤਾਂ ਉਹਨੇ ਜ਼ਮੀਨਾਂ ਵੀ ਉਹ ਕਿੰਨੇ ਕੜਾਹੇ ਕਿਰਾਏ ਲੱਗਣੇ ਆ ਜੀ, ਉੱਥੇ ਉਹ ਜ਼ਮੀਨਾਂ ਪੱਧਰ ਹੋਣੀਆਂ। ਤਾਂ ਕਿਸਾਨੀ ਜਿਵੇਂ ਪਹਿਲਾਂ ਹੀ ਲੱਕ ਟੁੱਟਿਆ ਹੋਇਆ, ਸਾਰੇ ਪੰਜਾਬ 'ਚ ਪਤਾ, ਸਾਰੇ ਹਿੰਦੁਸਤਾਨ 'ਚ ਕਿਸਾਨੀ ਦਾ ਮੰਦਾ ਹਾਲ ਆ, ਤਾਂ ਪੰਜਾਬ ਦੀ ਕਿਸਾਨੀ ਦਾ ਹੋਰ ਵੀ ਲੱਕ ਟੁੱਟ ਗਿਆ। ਤਾਂ ਅਸੀਂ ਇੱਕ ਜਿਹੜਾ ਕੋਆਪਰੇਟਿਵ ਸੁਸਾਇਟੀਆਂ ਅਸੀਂ ਤਾਂ ਚੱਕੀਆਂ ਸੀ ਕਿ ਜਿਹੜੀ ਸਾਡੀ ਕਿਸਾਨੀ ਆ ਉਹਦੀ ਰੀੜ੍ਹ ਦੀ ਹੱਡੀ ਇਹ ਕੋਆਪਰੇਟਿਵ ਸੁਸਾਇਟੀ ਹੈ, ਕਿਉਂਕਿ ਸਾਰੇ ਜਿਹੜੇ ਕਿਸਾਨ ਭਰਾ ਨੇ ਆਲਮੋਸਟ, ਪੂਰੇ ਤਾਂ ਨਹੀਂ ਹੁੰਦੇ 100%, ਪਰ ਜ਼ਿਆਦਾਤਰ ਜਿਹੜੇ ਕਿਸਾਨ ਵੀਰ ਆ ਉਹ ਸੁਸਾਇਟੀ ਦੇ ਮੈਂਬਰ ਹੁੰਦੇ ਆ। ਇਹ ਇੱਕ ਸੈਲਫ ਹੈਲਪ ਗਰੁੱਪ ਹੈ, ਕਿਸਾਨ ਵੀਰ ਉਹਦੇ, ਉਹਨਾਂ ਦਾ ਨਫਾ ਵੀ ਕਿਸਾਨਾਂ ਦਾ, ਉਹਦਾ ਨੁਕਸਾਨ ਵੀ ਕਿਸਾਨਾਂ ਨੂੰ। ਤਾਂ ਅਸੀਂ ਇਹ ਇੱਕ ਸਟਰਕਚਰ ਬਣਾਇਆ ਸੀ ਤਾਂ ਕਿ ਸਾਨੂੰ ਵੀ ਇੱਕ ਫਰੇਮ ਦੇ ਵਿੱਚ ਰਹਿ ਕੇ ਜਿਹੜਾ ਕੰਮ ਕਰਨਾ ਉਹ ਸੌਖਾ ਅਤੇ ਸਿਸਟਮੈਟਿਕ ਵੇ ਨਾਲ ਹੋਵੇ। ਅਸੀਂ ਜਿਹੜੇ ਪ੍ਰੋਜੈਕਟ ਚਲਾ ਰਹੇ ਉਹਦੇ ਵਿੱਚ ਅਸੀਂ ਡੰਗਰਾਂ ਦੇ ਪ੍ਰੋਜੈਕਟ ਕੀਤੇ ਆ ਜੀ, ਉਸ ਤੋਂ ਬਾਅਦ ਜਿਹੜਾ ਟਰੈਕਟਰਾਂ ਦਾ ਜਿਹੜਾ ਅੱਜ ਦੇ ਰਹੇ ਹਾਂ ਕਿ ਕੋਆਪਰੇਟਿਵ ਸੁਸਾਇਟੀਆਂ ਨੂੰ, ਇਹ ਨਹੀਂ ਕਿ ਅਸੀਂ ਸੁਸਾਇਟੀ 'ਤੇ ਛੱਡਤਾ ਕਿ ਅਸੀਂ ਦੇ ਤਾਂ ਛੱਡਤਾ, ਅਸੀਂ ਇਹਦੀ ਪ੍ਰੋਪਰ ਜਿਹੜੀ ਇਹਦੀ ਨਿਗਰਾਨੀ ਰੱਖਾਂਗੇ ਕਿ ਜਿਹੜਾ ਉਹਦਾ ਲੋਗ ਬੁੱਕ ਪ੍ਰੋਪਰ ਬਣੂਗੀ, ਅਸੀਂ ਮੰਥਲੀ ਉਹਦੀ ਚੈਕਿੰਗ ਕਰਾਂਗੇ ਕਿ ਕਿੱਥੇ ਕਿੱਥੇ ਵਗਿਆ, ਜੇ ਕੋਈ ਸਾਨੂੰ ਸ਼ਿਕਾਇਤਾਂ ਵੀ ਆਉਣਗੀਆਂ ਅਸੀਂ ਉਹ ਵੀ ਸੁਣਾਂਗੇ, ਉਹਦਾ ਵੀ ਨਿਵਾਰਨ ਕਰਾਂਗੇ। ਚਲੋ ਇੱਕਾ ਦੁੱਕਾ ਕਈ ਵਾਰੀ ਨੈਗੇਟਿਵਿਟੀ ਹੁੰਦੀ ਆ, ਉਹ ਸਾਰਾ ਅਸੀਂ ਮਤਲਬ ਉਹਦੇ ਸਾਡੇ ਸਾਰਾ ਧਿਆਨ 'ਚ ਆ। ਕਈ ਵਾਰੀ ਲੋਕਾਂ ਨੂੰ ਹੁੰਦਾ ਕਿ ਤੁਸੀਂ ਯਾਰ ਇਵੇਂ ਤਾਂ ਨਹੀਂ ਕੁਛ ਕਰੀ ਜਾਂਦੇ, ਆ ਸਾਡੇ ਕੋਲ ਉਦਾਹਰਨ ਦੇ ਤੌਰ 'ਤੇ ਗਿੱਦਰ ਪਿੰਡੀ ਪਿੰਡ ਸਾਡੇ ਵਿੱਚ ਅੱਜ ਟਰੈਕਟਰ ਲੈਣ ਆਇਆ ਹੋਇਆ। ਸਭ ਤੋਂ ਪਹਿਲਾਂ ਅਸੀਂ ਇਹਨਾਂ ਕੋਲ ਅਪਰੋਚ ਕੀਤੀ ਕਿ ਅਸੀਂ ਜਿਹੜਾ ਆਹ ਸਿਸਟਮ ਅਸੀਂ ਬਣਾਇਆ, ਭਾਅ ਜੀ ਉਹਨਾਂ ਨੇ ਕਿਹਾ ਕਿ ਟਰੈਕਟਰ ਅਸੀਂ ਜਿਹੜੇ ਸੁਸਾਇਟੀਆਂ ਥਰੂ ਦੇਵਾਂਗੇ, ਤਾਂ ਇਹਨਾਂ ਨੇ ਸਾਨੂੰ ਨਾ ਕਰ ਦਿੱਤੀ ਕਿ ਅਸੀਂ ਯਾਰ ਤੁਸੀਂ ਐਵੇਂ ਟਰੈਕਟਰ ਦੇ ਚਲੋ, ਟਰੈਕਟਰ ਤਾਂ ਸਾਰਿਆਂ ਕੋਲ ਹੁੰਦੇ ਆ। ਸਾਨੂੰ ਇਹਨਾਂ ਦਾ, ਇਹਨਾਂ ਦੀ ਵੱਡੀ ਮੰਗ ਇਹ ਸੀ ਕਿ ਇੱਥੇ 7-8 ਕਿਲੋਮੀਟਰ ਦਾ ਬੰਨ ਹੈ ਜੀ, ਵੀ ਉਹ ਬੰਨ ਬੰਨ ਕੇ ਦਿਓ। ਉਹ ਕਈ ਚੀਜ਼ਾਂ ਸਾਡੇ ਪਹੁੰਚ ਦੇ ਵਿੱਚ ਨਹੀਂ ਹੈਗੀਆਂ, ਇੱਕ ਬੜਾ ਵੱਡਾ ਸਰਕਾਰ ਦੇ ਬਜਟ ਦਾ ਲੈਵਲ ਦਾ ਕੰਮ ਹੈ। ਅਸੀਂ ਇਹਨਾਂ ਨੂੰ ਕਿਹਾ ਕਿ ਅਸੀਂ ਜੋ ਕਰ ਸਕਦੇ ਹਾਂ, ਦੇਖੋ ਅਸੀਂ ਸਾਲ ਭਰ, ਜਿੰਨਾ ਚਿਰ 2 ਸਾਲ ਲੱਗ ਜਾਣ ਅਸੀਂ ਤੁਹਾਡੇ ਨਾਲ ਖੜੇ ਹਾਂ। ਸੋ ਉਸ ਤੋਂ ਬਾਅਦ ਇਹ ਹੁਣ ਦੁਬਾਰਾ ਆਏ ਆ ਕਿ ਚਲੋ ਅਸੀਂ
ਬੜੇ ਸੱਜੇ ਢੰਗ ਨਾਲ ਇਹਨੂੰ ਚਲਾਵਾਂਗੇ ਕਿ ਸਾਨੂੰ ਟਰੈਕਟਰ ਜਿਹੜਾ ਉਹ ਕਰੋ। ਅੱਜ ਇਹ ਗਿੱਦੜ ਪਿੰਡੀ ਵੀ ਇੱਥੇ ਆਇਆ। ਸੋ ਇਹ ਸਾਡੇ ਜਿਹੜੇ ਪ੍ਰੋਜੈਕਟ ਚੱਲ ਰਹੇ ਆ ਇਹਦੇ ਤਹਿਤ ਜਿਹੜਾ ਹੁਣ ਅੱਜ ਅਸੀਂ DAP ਦਾ ਵੀ ਸਾਡਾ ਆਲਮੋਸਟ ਚੱਲ ਰਿਹਾ ਜੀ। ਅਸੀਂ 4-5 ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਕਵਰ ਕਰ ਚੁੱਕੇ ਹਾਂ ਅਤੇ ਅੱਜ ਜਿਹੜਾ ਟਰੈਕਟਰਾਂ ਦਾ ਆਇਆ ਚੱਲ ਰਿਹਾ ਜੀ ਇਹਦੇ 'ਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਅੱਜ 5 ਟਰੈਕਟਰ ਜਿਹੜੇ ਅਸੀਂ ਕੋਆਪਰੇਟਿਵ ਸੁਸਾਇਟੀਆਂ ਨੂੰ ਦੇਣੇ ਆ। ਰੀਬਿਲਡ ਦਾ ਪ੍ਰੋਜੈਕਟ ਜਿਹੜਾ ਸਾਡਾ ਇੱਕ ਹਾਊਸ ਰੀਬਿਲਡ ਦਾ ਪ੍ਰੋਜੈਕਟ ਚੱਲ ਰਿਹਾ। ਕਈ ਜਿਹੜੇ ਕਿਸਾਨ ਭਰਾ ਜਾਂ ਕੋਈ ਆਮ ਲੋਕ ਜਿਨ੍ਹਾਂ ਦੇ ਪਾਣੀ ਦੇ ਵਿੱਚ ਹੜ੍ਹ ਕਾਰਨ ਜਿਹੜੇ ਘਰ ਟੁੱਟ ਗਏ ਸੀ ਜਾਂ ਖਰਾਬ ਹੋ ਗਏ ਸੀ ਉਹਨਾਂ ਦਾ ਅਸੀਂ ਪੂਰੀ ਪ੍ਰੋਪਰ ਅਸੈਸਮੈਂਟ ਕਰਕੇ ਕਿ ਕਿਹੜਾ ਲੋੜਵੰਦ ਆ ਅਤੇ ਉਹਨਾਂ ਦੇ ਜਿਹੜੇ ਹਾਊਸ ਰੀਬਿਲਟ ਰੋਪੜ ਦੇ ਵਿੱਚ ਚੱਲ ਰਹੇ ਸਾਡੇ 17-18 ਦੇ ਕਰੀਬ ਘਰ ਜਿਹੜੇ ਉਹਨਾਂ 'ਚੋਂ 4 ਘਰਾਂ ਦੇ ਉੱਤੇ ਲੈਂਟਰ ਪੈ ਚੁੱਕਿਆ ਜੀ ਅਤੇ ਬਾਕੀ ਸਾਰੇ ਕੁਛ ਨਹੀਂ ਆ ਅਤੇ ਕੋਈ ਸ਼ਟਰਿੰਗ 'ਤੇ ਪਹੁੰਚ ਗਿਆ। ਇੱਥੇ ਜਿਹੜਾ ਸ਼ਾਹਕੋਟ ਏਰੀਆ ਦੇ ਵਿੱਚ ਵੀ ਸਾਡਾ ਇੱਕ ਟੀਮ ਲੱਗੀ ਹੋਈ ਆ ਅਸੈਸਮੈਂਟ ਪਲੱਸ ਘਰ ਜਿਹੜੇ ਕੋਈ ਸ਼ਟਰਿੰਗ ਤੱਕ ਵੀ ਪਹੁੰਚ ਚੁੱਕੇ ਆ। ਇਸ ਤਰ੍ਹਾਂ ਸਾਡੇ ਜਿਹੜੇ 4-5 ਪ੍ਰੋਜੈਕਟ ਇਹ ਵੱਖਰੇ ਵੱਖਰੇ ਸਾਡੇ ਉਹਦੇ 'ਚ ਚੱਲ ਰਹੇ ਆ। ਇਹ ਵੀ ਲੋਕ ਸਾਨੂੰ ਨਾ ਜਦੋਂ ਅਸੀਂ ਜਾਂਦੇ ਹਾਂ ਤਾਂ ਉਹ ਸਾਡਾ ਸਿੱਧਾ ਉਹਨਾਂ ਨੂੰ ਹੁੰਦਾ ਕਿ ਅਸੀਂ ਇੱਕਦਮ ਕਿਸੇ ਬੰਦੇ ਨਾਲ ਡਾਇਰੈਕਟ ਕਰ ਲਈਏ। ਅਸੀਂ ਉਹਨਾਂ ਨੂੰ ਕਹਿੰਦੇ ਕਿ ਸਾਡਾ ਇੱਕ ਸਿਸਟਮ ਹੈ ਤੁਸੀਂ ਸਾਡੇ ਦਫ਼ਤਰ 'ਚ ਫੋਨ ਕਰਿਆ ਕਰੋ ਉੱਥੋਂ ਸਾਨੂੰ ਜੋ ਵੀ ਚੈਨਲ ਸਾਡੇ ਬਣੇ ਹੋਏ ਆ ਟਰੈਕਟਰ ਜਿਹੜਾ ਸੁਸਾਇਟੀਜ਼ ਵਾਲਾ ਉਹ ਸੁਸਾਇਟੀਜ਼ ਵਾਲੇ ਨੂੰ ਫੋਨ ਆ ਜਾਂਦਾ ਜੇ ਕੋਈ ਘਰਾਂ ਵਾਲਾ ਉਹ ਘਰਾਂ ਵਾਲੀ ਟੀਮ ਨੂੰ ਚਲੇ ਜਾਂਦਾ ਜੇ ਕੋਈ ਡੰਗਰਾਂ ਵਾਲਾ ਤਾਂ ਡੰਗਰਾਂ ਵਾਲੀ ਟੀਮ ਨੂੰ ਚਲੇ ਜਾਂਦਾ ਤਾਂ ਕਿ ਅਸੀਂ ਵੀ ਇੱਕ ਸਿਸਟਮ ਦੇ ਵਿੱਚ ਲੱਗੇ ਰਹੀਏ ਕਿ ਸਾਡਾ ਜਿਹੜਾ ਤਰਤੀਬ ਖਰਾਬ ਨਾ ਹੋਵੇ। ਸੋ ਅੱਜ ਸਾਡਾ ਟਰੈਕਟਰਸ ਦਾ ਹੀ ਜਿਹੜਾ ਪ੍ਰੋਜੈਕਟ ਚੱਲ ਰਿਹਾ ਅਤੇ ਉਹਦੇ 'ਚ ਮੈਂ ਇੱਕ ਹੋਰ ਵੀ ਜਿਹੜੇ ਵੀ ਲਾਈਵ ਦੇਖ ਰਹੇ ਹਾਂ ਜਿਹੜੀ ਉਹਦੇ ਸਪੈਸ਼ਲੀ ਨੁਮਾਇੰਦੇ ਆਏ ਨੇ ਸੁਸਾਇਟੀਆਂ ਦੇ ਇਹਨਾਂ ਦੇ ਅੰਡਰ ਇੱਕ ਇੱਕ ਸੁਸਾਇਟੀ ਦੇ ਅੰਡਰ ਕਿਸੇ ਦੇ ਅੰਡਰ 4 ਕਿਸੇ ਦੇ ਅੰਡਰ 10-10 ਪਿੰਡ ਨੇ ਅਤੇ ਉਹਨਾਂ ਦੇ ਪੰਚਾਇਤ ਦੇ ਮੈਂਬਰ ਵੀ ਖੜ੍ਹੇ ਨੇ। ਮੈਂ ਇੱਕ ਬੇਨਤੀ ਸਾਰਿਆਂ ਨੂੰ ਵੀ ਕਰਨਾ ਚਾਹੁੰਦਾ ਅਤੇ ਲਾਈਵ ਦਰਸ਼ਕਾਂ ਨੂੰ ਵੀ ਕਰਨਾ ਚਾਹੁੰਦਾ। ਕਈ ਵਾਰ ਅਸੀਂ ਪਿੰਡਾਂ ਦੇ ਵਿੱਚ ਜਦੋਂ ਜਾਂਦੇ ਹਾਂ ਤਾਂ ਜਦੋਂ ਖਾਸ ਕਰ ਜਦੋਂ ਮੱਝਾਂ ਵੰਡ ਰਹੇ ਸੀ ਇੱਕ ਇੱਕ ਮੱਝ ਦੀ ਕੀਮਤ ਐਵਰੇਜ 1,00,000 ਰੁਪਏ ਆ ਰਹੀ ਸੀਗੀ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਅਸੀਂ ਬੈਸਟ ਤੋਂ ਬੈਸਟ ਵਧੀਆ ਤੋਂ ਵਧੀਆ ਕਿਸਮ ਦਾ ਜਿਹੜਾ ਡੰਗਰ ਹੈ ਉਹ ਦਈਏ। ਜਦੋਂ ਅਸੀਂ ਅਸੈਸਮੈਂਟ ਕਰਨ ਜਾਂਦੇ ਸੀ ਤਾਂ ਪਿੰਡਾਂ ਦੇ ਵਿੱਚੋਂ ਹੀ ਸਾਨੂੰ ਜਦੋਂ ਅਸੈਸਮੈਂਟ ਕਰਦੇ ਵੈਰੀਫਿਕੇਸ਼ਨ ਕਰਦੇ ਤਾਂ ਇਹੋ ਜਿਹੇ ਪਰਿਵਾਰ ਮੱਝਾਂ ਦੀ ਗਿਣਤੀ ਲਿਖਾ ਦਿੰਦੇ ਸੀ। ਇੱਕ ਪਰਿਵਾਰ ਦੇ ਉਦਾਹਰਨ ਦੇ ਤੌਰ 'ਤੇ ਮੈਂ ਦੱਸਣਾ ਚਾਹੁੰਦਾ ਇੱਕ ਪਰਿਵਾਰ ਦਾ ਜਦੋਂ ਲਿਖਿਆ ਡਾਟਾ ਅਤੇ ਆਹ ਸ਼ੇਰਬਾਜ਼ ਖੜ੍ਹਾ ਇੱਥੇ ਅਤੇ ਆਹ ਮੈਨੂੰ ਦੱਸ ਰਿਹਾ ਸੀ ਕਹਿੰਦਾ ਵੀ ਅਸੈਸਮੈਂਟ ਕਰਨ 'ਤੇ ਉਹ ਪਰਿਵਾਰ ਦਾ ਇੱਕ ਮੁੰਡਾ ਅਮਰੀਕਾ ਰਹਿੰਦਾ ਇੱਕ ਮੁੰਡਾ ਜਰਮਨੀ ਰਹਿੰਦਾ ਅਤੇ ਉਹਨਾਂ ਨੇ ਮੱਝਾਂ ਲਿਖਾਈਆਂ ਕਿ ਸਾਡੀਆਂ ਦੋ ਮੱਝਾਂ ਹੜ ਗਈਆਂ ਅਤੇ ਜਦੋਂ ਪਿੰਡ 'ਚੋਂ ਅਸੈਸਮੈਂਟ ਕੀਤੀ ਅਤੇ ਉਹ ਕਹਿੰਦੇ ਵੀ ਇਹਨਾਂ ਦੀ ਆਏ ਸਾਲ ਹੀ ਹੜ ਜਦੋਂ ਆਉਂਦੇ ਨੇ ਇਹਨਾਂ ਦੀ ਮੱਝ ਮਰ ਜਾਂਦੀ ਹੈ ਬਟ ਇਹਨਾਂ ਕੋਲ ਮੱਝ ਅੱਜ ਤੱਕ ਨਹੀਂ ਹੈਗੀ। ਸੋ ਇਹੋ ਜਿਹੇ ਲੈਵਲ 'ਤੇ ਜਦੋਂ ਅਸੀਂ ਇੱਕ ਇੱਕ ਸੰਸਥਾ ਇੱਕ ਪੂਰਾ ਸਟਰਕਚਰ ਜਿਹੜਾ ਗਲੋਬਲ ਲੈਵਲ 'ਤੇ ਇੰਟਰਨੈਸ਼ਨਲ ਲੈਵਲ 'ਤੇ ਕੰਮ ਕਰ ਰਿਹਾ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਹਾਂ। ਅਸੀਂ ਆਹ ਜਿੰਨੇ ਮੁੰਡੇ ਖਾਲਸਾ ਦੀ ਟੀ-ਸ਼ਰਟਾਂ ਪਾ ਕੇ ਖੜ੍ਹੇ ਹਾਂ ਕੋਈ ਪੇਡ ਵਲੰਟੀਅਰ ਨਹੀਂ ਹੈ ਸਾਰੇ ਆਪਣੇ ਕੰਮਾਂ ਕਾਰਾਂ 'ਚੋਂ ਆਪਣੀ ਪੜ੍ਹਾਈਆਂ 'ਚੋਂ ਟਾਈਮ ਕੱਢ ਕੇ ਸੇਵਾ ਕਰਨ ਆਉਂਦੇ ਨੇ ਪਰ ਜਦੋਂ ਸਾਨੂੰ ਗਰਾਊਂਡ 'ਤੇ ਜਾ ਕੇ ਇਹੋ ਜਿਹਾ ਐਕਸਪੀਰੀਅੰਸ ਹੁੰਦਾ ਤਾਂ ਸਾਨੂੰ ਵੀ ਨਹੀਂ ਚੰਗਾ ਲੱਗਦਾ ਸਾਨੂੰ ਵੀ ਬਹੁਤ ਦੁੱਖ ਲੱਗਦਾ ਕਿ ਅਸੀਂ ਇੱਕ ਤੁਹਾਡੀ ਸੇਵਾ ਕਰਨ ਲਈ ਆਏ ਹਾਂ ਤਾਂ ਅਸੀਂ ਹੱਥ ਜੋੜ ਕੇ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਨੁਮਾਇੰਦੇ ਅੱਜ ਖੜ੍ਹੇ ਹੋ ਪੰਚਾਇਤਾਂ ਦੇ ਸੁਸਾਇਟੀਆਂ ਦੇ ਕਿ ਤੁਸੀਂ ਆਪਣੇ ਪਿੰਡ ਵਾਸੀਆਂ ਨੂੰ ਇਹੋ ਜਿਹੀ ਕੌਂਸਲਿੰਗ ਇਹੋ ਜਿਹੀ ਉਹਨਾਂ ਦਾ ਜ਼ਰੂਰ ਉਹਨਾਂ ਦੇ ਨਾਲ ਗੱਲਾਂ ਸ਼ੇਅਰ ਕਰੋ ਕਿ ਤਾਂ ਜੋ ਕੋਈ ਸੇਵਾ ਕਰਨ ਤੁਹਾਡੇ ਪਿੰਡ 'ਚ ਆਵੇ। ਇਹ ਨਹੀਂ ਕਿ ਇਕੱਲੀ ਖਾਲਸਾ ਏਡ ਹੋਰ ਵੀ ਸੰਸਥਾਵਾਂ ਜਾਂ ਹੋਰ ਵੀ ਕੋਈ ਸਰਕਾਰੀ ਵੀ ਮੈਂਬਰ ਤੁਹਾਡੇ ਕੋਲ ਆਉਣ ਤੁਸੀਂ ਇਹ ਫੇਕ ਚੀਜ਼ਾਂ ਘੱਟ ਤੋਂ ਘੱਟ ਲਿਖਾਓ ਇਹਦੇ ਵਿੱਚ ਤੁਹਾਡਾ ਹੀ ਫਾਇਦਾ ਹੋਣਾ। ਜੇ ਤੁਸੀਂ ਜੈਨੂਇਨ ਚੀਜ਼ ਸਾਡੇ ਨਾਲ ਸ਼ੇਅਰ ਕਰੋਗੇ ਜਦੋਂ ਸਾਨੂੰ ਜੈਨੂਇਨ ਪਤਾ ਲੱਗਿਆ ਕਿ ਚਾਹੇ 1,00,000 ਦਾ ਟਰੈਕਟਰ ਆਵੇ ਅਸੀਂ ਉਹ ਦੇਣ ਨੂੰ ਤਿਆਰ ਖੜ੍ਹੇ ਹਾਂ ਸੁਸਾਇਟੀ ਨੂੰ ਅਤੇ ਅਸੀਂ ਤੁਹਾਡੇ ਨਾਲ ਪੂਰਾ ਸਾਲ 2 ਸਾਲ ਜਦ ਤੱਕ ਤੁਸੀਂ ਪੈਰਾਂ 'ਤੇ ਨਹੀਂ ਖੜ੍ਹੇ ਹੋ ਸਕਦੇ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਪਰ ਤੁਸੀਂ ਇਹ ਜਿਹੜੇ ਆ ਝੂਠ ਗਿਣਤੀ ਲਿਖਾ ਦੇਣੀ ਇੱਕ ਪਿੰਡ ਦੇ ਵਿੱਚ ਸਾਨੂੰ 150 ਮੱਝਾਂ ਲਿਖਾਈਆਂ ਕਿ 150 ਮੱਝਾਂ ਮਰੀਆਂ ਜਦੋਂ ਅਸੀਂ ਜਾ ਕੇ ਵੈਰੀਫਿਕੇਸ਼ਨ ਕੀਤੀ ਤਾਂ 4 ਮੱਝਾਂ ਨਿਕਲੀਆਂ ਵੀ ਜਿਹੜੀਆਂ ਜੈਨੂਇਨ ਹੜੀਆਂ ਸੀਗੀਆਂ। ਸੋ ਇਸ ਚੀਜ਼ ਦੇ ਨਾਲ ਕੀ ਹੁੰਦਾ ਕਿ ਜਿਹੜਾ ਜੈਨੂਇਨ ਪਰਿਵਾਰ ਵੀ ਹੈ ਜਿਹੜਾ ਜੈਨੂਇਨ ਜਿਹਦੀ ਮਰੀ ਵੀ ਆ ਅਤੇ ਉਹ ਵੀ ਵਿਚਾਰਾ ਸੇਵਾ ਤੋਂ ਵਾਂਝਾ ਰਹਿ ਜਾਂਦਾ ਕਿਉਂਕਿ ਸਾਡੇ ਮਨ ਦੇ ਵਿੱਚ ਆ ਜਾਂਦੇ ਕਿ ਸਾਰੇ ਝੂਠ ਬੋਲ ਰਹੇ ਨੇ। ਸੋ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਇਹੀ ਆ ਕਿ ਇਸ ਕੰਮ ਦੇ ਵਿੱਚ ਇਸ ਸੇਵਾ ਦੇ ਵਿੱਚ ਤੁਸੀਂ ਸਾਡਾ ਸਹਿਯੋਗ ਦੇਣਾ। ਅਸੀਂ ਬਾਹਰਲੇ ਇਲਾਕੇ ਤੋਂ ਆ ਕੇ
ਤੁਹਾਡੇ ਪਿੰਡਾਂ ਦੇ ਵਿੱਚ ਆ ਰਹੇ ਹਾਂ, ਸਾਨੂੰ ਤੁਹਾਡੇ ਪਿੰਡਾਂ ਦੇ ਸਟਰਕਚਰ ਦਾ ਨਹੀਂ ਪਤਾ, ਤੁਹਾਨੂੰ ਰੋਜ਼ ਤੁਸੀਂ ਉੱਥੇ ਦਿਨ ਰਾਤ 24/7 ਤੁਸੀਂ ਉੱਥੇ ਰਹਿੰਦੇ ਹੋ, ਤੁਸੀਂ ਸਾਨੂੰ ਦੱਸਣਾ ਹੈ ਕਿ ਆਹ ਪਰਿਵਾਰ ਜੈਨੂਅਨ, ਇਹਨੂੰ ਜ਼ਿਆਦਾ ਲੋੜ ਹੈ, ਇਹਨੂੰ ਘੱਟ ਲੋੜ ਹੈ, ਇਹਨੂੰ ਨਹੀਂ ਲੋੜ, ਜਾਂ ਇਸ ਨੂੰ ਤੁਸੀਂ ਡਬਲ ਦਿਓ। ਜਿੱਥੇ ਸਾਨੂੰ ਪਤਾ ਲੱਗਿਆ ਕਿ ਇੱਕ ਪਰਿਵਾਰ ਇਹੋ ਜਿਹਾ ਸੀਗਾ ਕਿ ਜਿਹਦੀ ਮੱਝ ਨਹੀਂ ਵੀ ਸੀ ਮਰੀ, ਬਟ ਉਹ ਪਰਿਵਾਰ ਰੋਟੀ ਖਾਣ ਤੋਂ ਵੀ ਵਿਅਰਥ ਸੀਗਾ, ਵੀ ਉਹਨਾਂ ਨੂੰ ਰੋਟੀ ਵੀ ਨਸੀਬ ਨਹੀਂ ਸੀ ਹੋ ਰਹੀ, ਉਹਦਾ ਘਰ ਢੱਠਿਆ ਹੋਇਆ ਸੀਗਾ, ਪਰ ਤਾਂ ਵੀ ਅਸੀਂ ਉਹਨੂੰ ਮੱਝ ਦਿੱਤੀ ਕਿ ਚੱਲ ਉਹਦਾ ਰੁਜ਼ਗਾਰ ਹੈ ਜਿਹੜਾ ਉਹ ਸ਼ੁਰੂ ਹੋ ਜੇ, ਉਹ ਦੁੱਧ ਵੇਚ ਕੇ ਗੁਜ਼ਾਰਾ ਕਰ ਸਕੇ। ਅਸੀਂ ਆਊਟ ਆਫ ਦਾ ਵੇ ਜਾ ਕੇ ਵੀ ਹੈਲਪ ਕਰਨ ਨੂੰ ਤਿਆਰ ਹਾਂ, ਬਟ ਇਸ ਦੇ ਵਿੱਚ ਤੁਹਾਡੇ ਜਿਹੜੇ ਪ੍ਰਬੰਧਕ ਨੇ, ਜਿਹੜੇ ਤੁਸੀਂ ਨੁਮਾਇੰਦੇ ਹੋ ਪਿੰਡਾਂ ਦੇ, ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਸੋ ਮੇਰੀ ਆ ਮੇਰਾ ਦਿਲ ਦਾ ਵਲਵਲਾ ਸੀ, ਮੈਂ ਸ਼ੇਅਰ ਕਰਨਾ ਚਾਹੁੰਦਾ ਸੀ, ਕਿਉਂਕਿ ਗਰਾਊਂਡ ਲੈਵਲ 'ਤੇ ਜਿਹੜੇ ਵਲੰਟੀਅਰ ਦਿਨ ਰਾਤ ਕੰਮ ਕਰ ਰਹੇ ਨੇ, ਉਹਨਾਂ ਨੂੰ ਇਹ ਚੀਜ਼ ਦੀ ਬਹੁਤ ਦਿੱਕਤ ਆਉਂਦੀ ਹੈ, ਤਾਂ ਕਰਕੇ ਭਾਅ ਜੀ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ, ਕਿਉਂਕਿ ਗਰਾਊਂਡ ਲੈਵਲ 'ਤੇ ਦਿੱਕਤਾਂ ਬਹੁਤ ਨੇ। ਸਭ ਤੋਂ ਤੁਹਾਡੇ ਮੂੰਹ 'ਚ ਗੱਲ ਹੈ, ਸੋਰੀ, ਸਭ ਤੋਂ ਜ਼ਰੂਰੀ ਗੱਲ ਤਾਂ ਇਹ ਹੈ ਕਿ ਦੂਸਰੇ ਦੀ ਮਦਦ ਲੈਣ ਤੋਂ ਪਹਿਲਾਂ ਖੁਦ ਆਪਣੀ ਮਦਦ ਆਪ ਕਰਨ ਦੀ ਕੋਸ਼ਿਸ਼ ਕਰੀਏ। ਬਿਲਕੁਲ, ਆਪਣੇ ਆਪਣੇ ਪਿੰਡਾਂ 'ਚ ਆਪਣੇ ਆਪਣੇ ਲੋਕਾਂ ਨੂੰ ਸਮਝਾਉਣ ਵਾਲੀਆਂ ਗੱਲਾਂ ਸਮਝਾਈਏ, ਜਿੰਨੀ ਜਿਹੜੀ ਕੰਮ ਦੀ ਜ਼ਰੂਰਤ ਹੈ ਉਹ ਰਲ ਮਿਲ ਕੇ ਕਰੀਏ, ਇਤਫਾਕ ਨਾ ਖਰਾਬ ਹੋਵੇ। ਇਹ ਜੇ ਟਾਈਮਾਂ 'ਤੇ ਇਤਫਾਕ ਵੀ ਖਰਾਬ ਹੋ ਜਾਂਦੇ ਹੈ ਜਾਂ ਗੁੱਸੇ ਗਿੱਲੇ ਹੋ ਜਾਂਦੇ ਕਿਸੇ ਵਜ੍ਹਾ ਕਰਕੇ, ਮੈਂ ਸਮਝਦਾ ਮਾਲਕ ਸਾਰਿਆਂ ਨੂੰ ਸਮਰਥ ਬਖਸ਼ੇ ਔਰ ਮਦਦ ਕਰਨ ਵਾਲੇ ਤਿਆਰ ਖੜ੍ਹੇ ਹੈ, ਔਰ ਮਦਦ ਪਹੁੰਚਦੀ ਵੀ ਹੈ ਔਰ ਪਹੁੰਚ ਜਾਣੀ ਵੀ ਹੈ, ਜ਼ਰੂਰ ਸਾਰਾ ਕੁਛ ਹੋ ਜਾਣਾ, ਕਰਨ ਕਰਾਉਣ ਵਾਲਾ ਉਹ ਮਾਲਕ ਹੈ। ਮੈਂ ਤੁਹਾਨੂੰ ਜੀ ਖਾਸ ਤੌਰ 'ਤੇ ਮਾਲਕ ਅੱਗੇ ਅਰਦਾਸ ਕਰਦਾ ਕਿ ਤੁਹਾਡਾ ਇਸੇ ਤਰ੍ਹਾਂ ਜੋਸ਼ ਬਲਬਲਾ ਚੋਟੀਆਂ 'ਤੇ ਰਹੇ ਔਰ ਇਸੇ ਹੌਸਲੇ ਨਾਲ ਤੁਸੀਂ ਸੇਵਾ ਕਰਦੇ ਰਹੋ। ਮੋਬਾਈਲ ਤੁਸੀਂ ਫੜ ਲਿਆਓ। ਹਾਂਜੀ ਹਾਂਜੀ, ਇੱਕ ਮਿੰਟ, ਸ਼ੇਰੇ ਉੱਪਰ ਹੋ ਜਾਓ। ਅੱਛਾ, ਨਹੀਂ ਥੋੜਾ ਉੱਪਰ ਨੂੰ, ਹਾਂਜੀ ਹਾਂਜੀ ਭਾਜੀ, ਹਾਂਜੀ ਠੀਕ ਹੈ। ਬਾਹਰ ਕੱਢਣੇ ਆ, ਇੱਕ ਵਾਰੀ ਬਾਹਰ ਕੱਢੋ, ਇਹਨਾਂ ਦੇ ਜਿਹੜੇ ਸੰਦ ਹੈ ਜੀ, ਬਾਕੀ ਬਾਕੀ
हेलो हेलो जी भाई ਉਹ ਗੇਟ ਖਿਲਾ ਦਿਓ ਯਾਰ ਪ੍ਰਿੰਸ ਭਾਅ ਜੀ ਗੇਟ ਖਿਲਾ ਦਿਓ ਬਾਹਰ ਕੱਢਣਾ ਪ੍ਰਿੰਸ ਭਾਅ ਜੀ ਕੋਈ ਪਿੱਛੇ ਮੈਂ ਕਹਿੰਦੀ ਮੁੜਕ ਕਲੱਚ ਵਾਲੇ ਉਹ ਹੈਗੇ ਅੱਗੇ ਕਰਾ ਦਿਓ ਜੀ ਆ ਰਹੇ ਹੈ
ਪਹਿਲਾਂ ਤਾਂ ਪਤਾ ਹੁੰਦਾ ਕਿ ਜ਼ਿਮੀਂਦਾਰਾਂ ਨੂੰ ਕਿਸ ਤਰ੍ਹਾਂ ਦੀ ਫੀਲ ਪਈ ਹੋਈ ਹੈ, ਕਿਉਂਕਿ ਮਕਾਨ ਵੀ ਖਰਾਬ, ਜ਼ਮੀਨ ਵੀ ਖਰਾਬ, ਪਸ਼ੂ ਪਾਲਣ ਵੀ ਨਾ ਰਹੇ, ਤਾਂ ਫਿਰ ਉਹਨਾਂ ਨੂੰ ਤਾਂ ਨਵਾਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨ ਵਾਲੀ ਗੱਲ ਹੈ। ਔਰ ਸਾਰਿਆਂ ਦੇ ਰਲ ਮਿਲ ਕੇ ਹੀ ਇਹਨਾਂ ਨੇ ਪੈਰਾ ਸਿਰ ਹੁਣ ਮੈਸੇਜ ਲੈ ਜਿਸ ਤਰ੍ਹਾਂ ਖਾਲਸਾ ਏਡ ਕਰ ਰਹੀ ਹੈ, ਹੋਰ ਦੂਸਰੇ ਵੀ ਹੋ ਸਕਦੇ ਕਿ ਕਾਫੀ ਲੋਕ ਕਰ ਰਹੇ ਹੋਣਗੇ ਮਦਦ ਉਹਨਾਂ ਦੀ, ਆਮ ਪਿੰਡਾਂ 'ਚ ਬੜੀ ਮਦਦ ਪਹੁੰਚਦੀ ਰਹੀ ਹੈ ਇਹ ਵੀ ਪਤਾ ਲੱਗਦਾ ਸੀ। ਅਤੇ ਆਪਣੀਆਂ ਕੌਮਾਂ ਪੰਜਾਬੀ ਲੋਕ ਹੈ ਜਿਹੜੇ ਉਹ ਹਰ ਸਰਹੱਦ 'ਤੇ ਜਿਸ ਤਰ੍ਹਾਂ ਬਹਾਦਰੀ ਵਿਖਾਉਂਦੇ ਆ, ਹਰ ਮੁਸੀਬਤ ਨਾਲ ਲੜਨਾ ਜਾਣਦੇ ਆ, ਅਤੇ ਆਪਣੇ ਭਰਾਵਾਂ ਨੂੰ ਜਦ ਮੁਸੀਬਤ ਪਈ ਤਾਂ ਸਾਰਿਆਂ ਨੇ ਉਹ ਚੜ ਕੇ ਹਿੱਸਾ ਪਾਇਆ। ਇਹ ਰੱਬ ਦਾ ਸ਼ੁਕਰ ਹੈ ਕਿ ਉਹਨਾਂ ਨੂੰ ਇਹ ਦਿਸ਼ਾ ਮਾਰ ਕੇ ਬਖਸ਼ਿਆ। ਆਪਾਂ ਸਾਰੇ ਰਲ ਮਿਲ ਕੇ ਇਸੇ ਤਰ੍ਹਾਂ ਜੇ ਉਹਨਾਂ ਦੀ ਮਦਦ ਕਰਾਂਗੇ ਤਾਂ ਜ਼ਰੂਰ ਉਹ ਜਲਦੀ ਤੋਂ ਜਲਦੀ ਬਾਹਰ ਆਉਂਦਾ। ਫਿਰ ਸਾਹਿਬ ਇੱਕ ਲਾਸਟ ਕੁਸ਼ਚਨ ਹੈ ਜੀ ਮੇਰਾ, ਨੌਜਵਾਨ ਨੂੰ ਪੰਜਾਬ ਦੇ ਨੌਜਵਾਨ ਨੂੰ ਮੈਨੂੰ ਲੱਗਦਾ ਛੇੜੀ ਕਿਹਾ ਜਾਣ ਲੱਗ ਪਿਆ ਸੀ, ਲੇਕਿਨ ਉਹ ਨੌਜਵਾਨ ਇਸ ਵਕਤ ਪੰਜਾਬ ਦੀ ਪੀੜ ਨੂੰ ਸੰਭਾਲਦੇ ਨੇ, ਪੰਜਾਬ ਦੀ ਪੀੜ ਦੇ ਲਈ ਪੜ੍ਹਨ ਦਾ ਕੰਮ ਕਰ ਰਹੇ ਨੇ, ਸੋ ਕੀ ਕਹਿਣਾ ਹੈ? ਵੇਖੋ ਜੀ, ਹੋ ਸਕਦਾ ਕਿਸੇ ਕੋਈ ਇਸ ਤਰ੍ਹਾਂ ਨੌਜਵਾਨ ਕਿਸੇ ਤਰ੍ਹਾਂ ਮੁਬਤਲਾ ਹੋ ਗਏ ਹੋਣ ਕਿਸੇ ਨਸ਼ੇ ਨੁਸ਼ੇ 'ਚ, ਲੇਕਿਨ ਵਾਕਈ ਤੁਹਾਡੀ ਗੱਲ ਸਹੀ ਹੈ, ਹੁਣ ਸਾਰੇ ਉਹ ਨਿਕਲ ਰਹੇ ਆ ਉਸ ਚੁੰਗਲ 'ਚੋਂ, ਔਰ ਨਿਕਲ ਕੇ ਕੁਛ ਨਾ ਕੁਛ ਨਵਾਂ ਕਰਕੇ ਵਿਖਾ ਰਹੇ ਆ। ਮੈਂ ਕਈ ਲੋਕਾਂ ਨੂੰ ਐਸਿਆਂ ਨੂੰ ਜਾਣਦਾ ਜਿਨ੍ਹਾਂ ਨੇ ਉਹ ਨਸ਼ੇ ਨੁਸ਼ੇ ਛੱਡ ਕੇ ਔਰ ਇੱਕ ਚਾਨਣ ਮਨਾਰੇ ਬਣਨ ਦੀ ਕੋਸ਼ਿਸ਼ ਕਰ ਰਹੇ ਜੀ। ਬਹੁਤ ਬਹੁਤ ਸ਼ੁਕਰੀਆ। Thank you.